ਇਹ ਗੱਲ ਦਾ ਗिला ਕਦੇ ਨਾ ਰੱਖੋ ਕਿ ਫਲਾਣਾ ਬੰਦਾ ਮੇਰੇ ਕੰਮ ਨਹੀਂ ਆਇਆ ਮੇਰਾ ਬੁਰਾ ਸਮਾਂ ਸੀ ਚੰਗੇ ਸਮੇਂ ਵਿੱਚ ਮੇਰੇ ਨਾਲ ਸਾਰੇ ਮੈਸੇਜ ਕਰਦੇ ਸੀਗੇ ਵਾਹ ਵਾਹ ਦਾ ਰੱਖਦੇ ਸੀਗੇ ਪਰ ਹੁਣ ਨਹੀਂ ਕੋਈ ਰੱਖਦਾ ਇਹ ਬਿਲਕੁਲ ਹੀ ਆਮ ਗੱਲ ਆ ਜੇ ਤੁਹਾਡਾ ਸਮਾਂ ਚੰਗਾ ਹੈ ਤੁਹਾਡੇ ਕੋਲ ਪੈਸਾ ਹੈ ਸਾਰੇ ਤੁਹਾਡੇ ਯਾਰ ਮਿੱਤਰ ਬੁਰਾ ਸਮਾਂ ਆਉਂਦੇ ਹੀ ਸਭ ਤਿੱਤਰ ਹੋ ਜਾਂਦੇ ਆ ਉਦੋਂ ਤੁਹਾਡੇ ਨਾਲ ਕੌਣ ਖੜਦਾਗਾ ਮੇਰੇ ਵੀ ਤੁਹਾਡਾ ਖੂਨ ਯਾ ਤੁਹਾਡੇ ਬਿਲਕੁਲ ਖਾਸ ਜਿਹੜੇ ਉਸ ਸਮੇਂ ਵਿੱਚ ਵੀ ਤੁਹਾਡੇ ਨਾਲ ਖੜਦੇ ਆ ਉਹਨਾਂ ਨੂੰ ਸਾਰੀ ਉਮਰ ਨਾਲ ਛੱਡਿਓ ਕਿਉਂਕਿ ਇਹੜੇ ਲਫਾਫੇ ਹੁੰਦੇ ਆ ਚੰਗੇ ਸਮੇਂ ਨਾਲ ਉੱਡ ਕੇ ਤੁਹਾਡੇ ਨਾਲ ਆਉਂਦੇ ਆ ਮਾੜੇ ਨਾਲ ਦੂਰ ਚਲੇ ਜਾਂਦੇ ਆ ਇਹੀ ਦੁਨੀਆ ਆ ਰਹੀ ਆ ਇਹੀ ਤੁਸੀਂ ਸਮਝਣਾ ਹੈ ਕਿਉਂਕਿ ਗਰੀਬ ਬੰਦੇ ਨਾਲ ਮਾੜੇ ਬੰਦੇ ਨਾਲ ਕੋਈ ਤਾਲੁਕਤ ਕਿਉਂ ਰੱਖੂਗਾ ਉਹਨੂੰ ਪਤਾ ਹੋਊਗਾ ਕਿ ਜਦੋਂ ਵੀ ਮੰਗੂਗਾ ਕੋਈ ਚੀਜ਼ ਮੰਗੂਗਾ ਕੋਈ ਪੈਸਾ ਮੰਗੂ ਕੋਈ ਮਦਦ ਮੰਗੂਗਾ ਜਦ ਕਿ ਇਹ ਮੇਰੀ ਕੋਈ ਮਦਦ ਨਹੀਂ ਕਰ ਸਕਦਾ ਇਸ ਤਰ੍ਹਾਂ ਦਾ ਵਨਵੇ ਰਸਤਾ ਕੋਈ ਵੀ ਨਭਾਉਣਾ ਚਾਹੁੰਦਾਗਾ ਕਿ ਜਿੱਥੇ ਮੈਨੂੰ ਸਿਰਫ ਦੇਣਾ ਹੀ ਪਵੇ ਬਦਲੇ ਵਿੱਚ ਜਿੱਥੋਂ ਕੋਈ ਮਦਦ ਦੀ ਉਮੀਦ ਨਾ ਹੋਵੇ ਉੱਥੇ ਕੋਈ ਮਦਦ ਨਹੀਂ ਕਰਦਾਗਾ ਉੱਥੇ ਮਦਦ ਥੋੜੀ ਉਹੀ ਕਰਨਗੇ ਜਿਹੜੇ ਇਹ ਚਾਹੁੰਦੇ ਹੋਣ ਕਿ ਇਨਸਾਨ ਸਾਡੇ ਬਰਾਬਰ ਆਵੇ ਅੱਗੇ ਵਧੇ ਤਰੱਕੀ ਕਰੇ ਖੁਸ਼ ਰਹੇ ਇਹ ਲੋਕ ਬਹੁਤ ਘੱਟ ਹੁੰਦੇ ਆ। ਉਹੀ ਤੁਸੀ ਦੇਖਣੇ ਹੁੰਦੇ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਕੌਣ ਆ। ਬਾਕੀ ਜਿਹੜੀ ਤੁਹਾਨੂੰ ਭੀੜ ਦਿਖਦੀ ਆ ਤੁਹਾਡੀ ਕੰਟੈਕਟ ਲਿਸਟ ਦੇ ਵਿੱਚ ਤੁਹਾਨੂੰ WhatsApp ਦੇ ਵਿੱਚ ਦਿਖਦੇ ਆ। ਕਦੇ ਜਮਾ ਕੇ ਦੇਖਿਓ ਕੌਣ ਤੁਹਾਡੇ ਨਾਲ ਖੜਦਾ ਹੈ। ਬੁਰੇ ਸਮੇਂ ਦੇ ਵਿੱਚ ਚੰਗੇ ਸਮੇਂ ਵਿੱਚ ਤਾਂ ਹਰ ਕੋਈ ਤੁਹਾਨੂੰ ਕੰਗ੍ਰੈਚੁਲੇਸ਼ਨ ਕਰੂਗਾ। ਤੁਹਾਨੂੰ ਕਹੂਗਾ ਆ ਜਾ ਬਈਨੇ ਆ ਇੱਥੇ ਜਾਨੇ ਉੱਥੇ ਜਾਨੇ। ਪੂਰੇ ਸਮੇਂ ਦੇ ਬੱਚ ਲੋਕ ਲੈਵਲ ਚੈੱਕ ਕਰਦੇ ਆ ਕਿ ਇਹਦਾ ਸਟੇਟਸ ਡਾਊਨ ਆ ਇਹਦੇ ਨਾਲ ਤੁਰਨਾ ਫਿਰਨਾ ਵੀ ਇਹਦੇ ਨਾਲ ਖੜੇ ਹੋਣਾ ਇਹਦੇ ਨਾਲ ਫੋਟੋ ਖਿਚਾਉਣਾ ਵੀ ਗਲਤ ਆ ਪਰ ਜਦੋਂ ਕੋਈ ਤਰੱਕੀ ਕਰ ਜਾਂਦਾ ਕਿਸੇ ਫੀਲਡ ਦੇ ਵਿੱਚ ਉਹਦੇ ਨਾਲ ਹਰ ਇੱਕ ਫੋਟੋ ਖਿੱਚ ਕੇ ਆਪਣੀ ਫੇਸਬੁੱਕ ਤੇ ਆਪਣੇ ਸਟੇਟਸ ਤੇ ਲਾਉਂਦਾ ਉਹਨੂੰ ਬਰਥਡੇ ਬੈਸ ਕਰਦਾ ਪਰ ਜਦੋਂ ਕੋਈ ਡਾਊਨ ਚੱਲ ਰਿਹਾ ਹੁੰਦਾ ਕਿਸੇ ਕਾਰਨ ਉਹਨੂੰ ਬਹੁਤ ਕੋਸਾ ਮੰਦਖਾ ਜਾਂਦਾਗਾ ਸਾਰਿਆਂ ਦੇ ਚਿਹਰੇ ਨੰਗੀ ਕਰ ਜਾਂਦਾ ਹੈਗਾ ਪਰ ਲੋਕਾਂ ਨੂੰ ਲੱਗਦਾ ਕਿ ਇੱਕ ਵਾਰੀ ਇਹ ਥੱਲੇ ਗਿਆ ਹੁਣ ਉੱਠੂਗਾ ਨਹੀਂ ਹਰ ਕਿਸੇ ਦੇ ਸਮਾਂ ਇੱਕੋ ਜਿਹਾ ਨਹੀਂ ਰਹਿੰਦਾਗਾ ਸਮਾਂ ਬਦਲਦਾ ਹੈ ਹਰ ਇੱਕ ਦਾ ਸਮਾਂ ਆਉਂਦਾ ਹੈ ਆਪਣਾ ਜਿਹੜੇ ਮਾੜੇ ਟਾਈਮ ਦੇ ਵਿੱਚ ਤੁਹਾਡੇ ਨਾਲ ਨਹੀਂ ਸੀ ਉਹਨੂੰ ਚੰਗੀ ਸਮੇਂ ਵਿੱਚ ਵੀ ਨਾ ਰੱਖਿਓ ਹਾਂ ਜੇ ਤੁਸੀਂ ਰੱਖਣਾ ਹੈ ਉਪਚਾਰਕ ਦਾ ਲਈ ਤਾਂ ਰੱਖ ਸਕਦੇ ਹਾਂ ਸਿਰਫ ਉਤਲੇ ਮਨੋਂ ਲੋਕਾਂ ਦੇ ਬਦਲਦੇ ਚਿਹਰੇ ਬਹੁਤ ਦੇਖਿਆ ਪਰ ਉਹਨਾਂ ਨੂੰ ਕਦੇ ਕਿਆ ਨਹੀਂ ਹੈਗਾ ਕਿ ਤੂੰ ਐ ਕੀਤਾ ਤੂੰ ਜੋ ਕੀਤਾ ਬਸ ਉਹਨਾਂ ਨੂੰ ਆਪਣੀ ਨਜ਼ਰਾਂ ਵਿੱਚ ਕਿਰਦੇ ਹੋਏ ਦੇਖਿਆ ਜਿਹੜੇ ਲੋਕ ਹਰ ਸਮੇਂ ਤੁਹਾਡਾ ਸਾਥ ਦਿੰਦੇ ਆ ਉਹ ਦਿਲ ਦੇ ਵਿੱਚ ਰਹਿੰਦੇ ਆ ਉਹਨਾਂ ਲਈ ਤੁਸੀਂ ਕੁਝ ਵੀ ਕਰ ਸਕਦੇ ਆ ਲੋਕ ਮੈਨ ਦੇ ਵਿੱਚ ਜਿਉਂਦੇ ਆ ਜ਼ਿਆਦਾਤਰ ਉਹਨਾਂ ਨੂੰ ਨਹੀਂ ਪਤਾ ਕਿ ਜੀਵਨ ਕਿੰਨਾ ਛੋਟਾ ਹੈ ਬਹੁਤ ਛੋਟਾ ਜੀਵਨ ਹੈ 60 70 ਸਾਲ ਜਿਹਦੇ ਵਿੱਚੋਂ ਅੱਧੀ ਉਮਰ ਸੌਂ ਕੇ ਕੱਢ ਦੇਣੀ ਹੈ 10 ਸਾਲ ਬਚਪਨ ਦੇ 10 ਸਾਲ ਬਚਪਨ ਦੇ ਸਿਰਫ 15 ਜਾਂ 20 ਸਾਲ ਹੁੰਦੇ ਵਿਚਲੇ ਇਹੀ ਜ਼ਿੰਦਗੀ ਹੁੰਦੀ ਹੈ ਇਹੀ ਮੰਨਣੀ ਹੁੰਦੀ ਹੈ ਇਹਦੇ ਵਿੱਚ ਜੇ ਤੁਸੀਂ ਕਿਸੇ ਮਾੜੇ ਬੰਦੇ ਦੀ ਮਦਦ ਕਰ ਦਿੰਦੇ ਆ ਕਿਸੇ ਨੂੰ ਉੱਪਰ ਚੱਕ ਦਿੰਦੇ ਆ ਕਿਸੇ ਦੀ ਹੈਲਪ ਕਰ ਦਿੰਦੇ ਆ ਕੋਈ ਹਰ ਫ੍ਰੀ ਵਿੱਚ ਨਹੀਂ ਮੰਗਦਾਗਾ ਜੇ ਤੁਸੀਂ ਫ੍ਰੀ ਵਿੱਚ ਕਿਸੇ ਦੀ ਹੈਲਪ ਕਰਨ ਦੇ ਯੋਗ ਆ ਤਾਂ ਕਰੋ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੁੰਦਾ ਇਹ ਸਾਰੀਆਂ ਚੀਜ਼ਾਂ ਕਿਸੇ ਵੀ ਕਿਤਾਬਤ ਦੇ ਵਿੱਚ ਨਹੀਂ ਕੋਈ ਵੱਡੇ ਤੋਂ ਵੱਡਾ ਸਕੂਲ ਕਾਲਜ ਨਹੀਂ ਸਿਖਾਉਂਦਾਗਾ ਇਹ ਸਮਾਜ ਸਿਖਾਉਂਦਾਗਾ ਵਕਤ ਸਿਖਾਉਂਦਾ ਇਨਸਾਨ ਨੂੰ ਜੇਦੋ ਚੰਗਾ ਸਮਾਂ ਆਉਂਦਾ ਉਦੋਂ ਕਿਸੇ ਨੂੰ ਨਾ ਭੁੱਲਿਓ ਜਿਨ੍ਹਾਂ ਨੇ ਤੁਹਾਡੀ ਮਾੜੇ ਸਮੇਂ ਦੇ ਵਿੱਚ ਮਦਦ ਕੀਤੀ ਸੀ ਪਰ ਲਫਾਫਿਆਂ ਨੂੰ ਦਿਮਾਗ ਦੇ ਵਿੱਚ ਰੱਖਿਓ ਜਿਹੜੇ ਚੰਗੇ ਸਮੇਂ ਨਾਲ ਉੱਡ ਕੇ ਆਉਂਦੇ ਆ ਮਾੜੇ ਨਾਲ ਪਿੱਛੇ ਹਟ ਜਾਂਦੇ ਆ ਜੇ ਤੁਸੀਂ ਮਿਹਨਤ ਕਰਦੇ ਆ ਤਾਂ ਚੰਗਾ ਸਮਾਂ ਜ਼ਰੂਰ ਆਊਗਾ ਕਿਉਂਕਿ ਸਮਾਂ ਹਮੇਸ਼ਾ ਇੱਕ ਵੰਗ ਰਹਿੰਦਾ ਮਾੜਾ ਚੰਗਾ ਤੇ ਚੰਗਾ ਮਾੜਾ ਹੋ ਜਾਂਦਾ ਹੁੰਦਾ ਲੋਕੋ ਹੁੰਦੇ ਆ ਸਭ ਤੋਂ ਖਤਰਨਾਕ ਲੋਡੇ ਲਈ ਉਹ ਲੋਕ ਆ ਜਿਹੜੇ ਤੁਹਾਨੂੰ ਦਿਲਾਸੇ ਦਿੰਦੇ ਆ ਜਿਹੜੇ ਤੁਹਾਨੂੰ ਲਾਰੇ ਲਾਉਂਦੇ ਆ ਕਿ ਮੈਂ ਤੇਰੇ ਲਈ ਇਹ ਕਰੂੰਗਾ ਮੈਂ ਤੇਰੇ ਲਈ ਉਹ ਕਰੂੰਗਾ ਯਾਦ ਕਿ ਉਹ ਚਾਹੁੰਦੇ ਹੁੰਦੇ ਆ ਕਿ ਕੋਈ ਚੱਕ ਕੇ ਸਾਡੇ ਘਰ ਆਵੇ ਅਸਲੀ ਮਨਸਾ ਉਹਨਾਂ ਦੀ ਇਹ ਹੁੰਦੀ ਆ ਇਹ ਲੋਕਾਂ ਨੂੰ ਧਿਆਨ ਦੇ ਵਿੱਚ ਰੱਖਿਓ ਜੇ ਤੁਸੀਂ ਉਮੀਦ ਰੱਖਣੀ ਬੰਦ ਕਰ ਦਿੱਤੀ ਬਿਲਕੁਲ ਵੀ ਕਿਸੇ ਤੋਂ ਚੌਂਟ ਲੋ ਤੁਸੀਂ ਕਾਉਂ ਜਾ ਬੀ ਆ ਲੱਗੇ ਪਾ ਦੇ ਤਾਂ ਉਦੋਂ ਦੇਖਿਓ ਤੁਹਾਡੇ ਨਾਲ ਕੌਣ ਹੈਗਾ ਪਿੱਛੇ ਮੁੜ ਕੇ ਕੌਣ ਨਹੀਂ